कद्दू शरीफ का 400 चला। खीरे के साथ जा रहे हैं 200 रुपये थड़ी, 40 रुपये किलो। और अरबी 80 रुपये, 80 रुपये किलो। और मटर 1000 रुपये थड़ी, 200 रुपये किलो। पिंडी का की रेट जा रहा है 400 रुपये थड़ी। अदरक का रेट की जा रहा है अदरक 650, 650 रुपये किलो। लहसुन 160 रुपये दोनों चाइना। बंद गोभी 300 रुपये थड़ी, 60 रुपये किलो। की रेट जा रहा 400 रुपये थड़ी। केड़े लागे तो है 80 रुपये किलो। की रेट जा रहा है 180 रुपये थड़ी, 180 रुपये थड़ी, 180 ਬਾਬਾ। ਤੇ ਨੇ ਮੈਨੂੰ ਨਵੇਂ ਪੁਰੇ ਲੈ ਕੇ ਤੇਰੇ ਭਰ ਕੇ ਲੈ ਆਵਾਂ ਯਾਰ। ਉਹਨੇ ਰਸਨੋਈ ਭਾਈ ਨਾ ਬਾਬਾ ਛੱਡਣੀ ਹੈ ਤੇ ਚਾਰ ਜਾਣੇ ਉਹ ਪਾਵਨ ਛੱਡਣੀ ਹੈ। ਅਸਲਾਮ ਅਲੈਕੁਮ ਭਾਈ, ਸਹੀ ਕੀ ਰੇਟ ਜਾ ਰਿਹਾ ਤੁਨੀ ਇਹਦਾ? ਇਹਨੇ ਤਾਂ ਰੇਟ ਜਾ ਰਹੇ ਮੇਰੇ 180-200 ਰੁਪਏ ਥੜੀ ਕਿਲੋ ਕਿਲੋ। ਕਿਹੜੇ ਲੱਗੇ ਦਾ ਹੈ? ਕੋਟੇ ਦਾ ਬਈ। ਪਾਲਕ ਦਾ ਰੇਟ ਦੱਸੀ ਬਈ? ਪਾਲਕ ਪਾਲਕ 200 ਰੁਪਏ ਤੜੀ, 40 ਰੁਪਏ ਕਿਲੋ ਪੈ ਗਿਆ। ਬਈ ਕਿਸ ਤਰ੍ਹਾਂ ਹੈ ਲੰਬਾ ਬੈਂਗਣ? ਬਈ ਕਿਸ ਤਰ੍ਹਾਂ ਰੇਟ ਹੈ ਇਹ ਵਾਲਾ? ਬੈਂਗਣਾਂ ਦਾ ਕੀ ਰੇਟ ਹੈ? ਬਈ ਕੀ ਰੇਟ ਹੈ ਪੁਦੀਨੇ ਦਾ? 40 ਰੁਪਏ ਦੀਆਂ 5 ਨੇ, 40 ਰੁਪਏ 5 ਨੇ, 30 ਰੁਪਏ ਲਾ ਦਾ। ਕਿਹੜੇ ਇਲਾਕੇ ਤੋਂ ਆਈ? ਰਾਮਪੁਰ ਸ਼ਹਿਰ। ਰਾਮਪੁਰ ਚਾਹੀਏ। ਮਿਸ਼ ਦਾ ਕੀ ਰੇਟ ਹੈ? 350 ਰੁਪਏ ਤੜੀ। ਕੀ ਰੇਟ ਜਾ ਰਿਹਾ ਨਿੰਬੂ ਦਾ? 400 ਰੁਪਏ ਤੜੀ, 80 ਰੁਪਏ ਕਿਲੋ। ਦੇਸੀ ਹੈ? की रेट जा रहा है आलू का? की रेट जा रहा है? 300 रुपये थड़ी।